ਸਤਿ ਸ਼੍ਰੀ ਅਕਾਲ ਜੀ, ਹੋਰ ਜੀ ਕੀ ਹਾਲ ਚਾਲ ਆ? ਉਮੀਦ ਆ ਤੁਸੀਂ ਸਾਰੇ ਠੀਕ ਹੀ ਹੋਵੋਗੇ। ਅੱਜ ਇੱਕ ਹੋਰ ਮੋਟੀਵੇਸ਼ਨ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਵੈਲਕਮ। ਤੁਹਾਨੂੰ ਪਤਾ ਮੈਂ ਨਵੇਂ ਨਵੇਂ ਮੋਟੀਵੇਸ਼ਨ ਬਲੌਗ ਲੈ ਕੇ ਆਉਂਦਾ ਰਹਿੰਦਾ, ਤਾਂ ਕਰਕੇ ਤੁਸੀਂ ਆਪਣੇ ਸਿੱਧੂ ਮਰਾਜ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ। ਅਤੇ ਆਪਣੇ ਨਾਲ ਸਰ ਨੇ ਹੈ ਨਾ, ਅਤੇ ਆਪਾਂ ਇਹਨਾਂ ਨੂੰ ਵੀ ਪੁੱਛਾਂਗੇ ਕੀ ਕੰਮ ਕਰਦੇ ਨੇ, ਅਤੇ ਸਾਰੀ ਡਿਟੇਲ ਦੇਣਗੇ ਆਪਾਂ ਨੂੰ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਹੋਰ ਜੀ ਠੀਕ ਠਾਕ ਹੋ? ਬਹੁਤ ਵਧੀਆ। ਤੁਹਾਡਾ ਇੱਕ ਵਾਰ ਫਿਰ ਮੇਰੇ ਕੋਲ ਆਉਣ ਲਈ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਸਿੱਧੂ ਮਹਾਰਾਜ ਦਾ ਬਲੌਗ ਜ਼ਰੂਰ ਦੇਖਿਆ ਕਰੋ, ਮੁੰਡਾ ਬਹੁਤ ਮਿਹਨਤੀ ਹੈ। ਲਓ ਜੀ, ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਜਿਹੜਾ ਸਰ ਨੇ ਪਹਿਲਾਂ ਬਲੌਗ ਸ਼ੂਟ ਕੀਤਾ ਜੀ ਹੈ ਨਾ, ਉਹਦਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦਾ, ਅਤੇ ਪਹਿਲਾਂ ਦਾ ਬਲੌਗ ਜਾ ਕੇ ਦੇਖ ਲਓ। ਸਾਰੇ ਸ਼ਹਿਰ ਵਾਸੀਆਂ ਦਾ, ਪੂਰੇ ਪੰਜਾਬ ਵਾਸੀਆਂ ਦਾ ਬਿਰਧੀ ਡਿਟੇਲਿੰਗ 'ਤੇ ਬਹੁਤ 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 ਧੰਨਵਾਦ ਤੁਹਾਡਾ, ਵੈਲਕਮ ਤੁਹਾਡਾ ਬਹੁਤ ਬਹੁਤ। ਇਹ ਸ਼ਹਿਰ ਦਾ ਤੁਹਾਡਾ ਬਣਾਇਆ ਹੋਇਆ ਨੰਬਰ ਵਨ ਸ਼ੋਰੂਮ ਹੈ, ਅਸੀਂ ਨਹੀਂ ਬਣਾਇਆ, ਤੁਹਾਡੀ ਕਿਰਪਾ ਨਾਲ, ਸਾਡੀ ਮਿਹਨਤ ਨਾਲ, ਤੁਹਾਡੇ ਸਹਿਯੋਗ ਨਾਲ ਬਿਰਧੀ ਡਿਟੇਲਿੰਗ ਸ਼ਹਿਰ ਦਾ ਨੰਬਰ ਵਨ ਸ਼ੋਰੂਮ ਹੈ ਜਿੱਥੇ ਦੇਖੋ। ਲਓ ਜੀ, ਬਿਰਧੀ ਡਿਟੇਲਿੰਗ ਆਏ ਹੋਏ ਹਾਂ ਆਪਾਂ, ਅਤੇ ਦੇਖਦੇ ਹਾਂ ਪਰ ਬਿਰਧੀ ਡਿਟੇਲਿੰਗ ਦੇ ਵਿੱਚ ਕੀ ਕੁਛ ਕਿਵੇਂ ਮੋਡੀਫਿਕੇਸ਼ਨ ਹੁੰਦੀ ਹੈ ਕਾਰਾਂ ਦੀ ਹੈ ਨਾ। ਤੁਸੀਂ ਐਂ ਮੰਨ ਲਓ ਜਿਵੇਂ ਇੱਕ ਕਾਰ 10 ਸਾਲ ਪੁਰਾਣੀ ਹੈ, ਉਹ ਐਂ ਲੱਗੂ ਜਿਵੇਂ ਅੱਜ ਲੈਂਦੀ ਜੀ। ਹੁਣੀ ਜੀ ਹੁਣੀ ਐਂ ਸ਼ੋਰੂਮ 'ਚ ਹੁਣੀ ਨਿਕਲੀ ਹੈ ਗੱਡੀ। ਆਪਾਂ ਜਿਹੜਾ ਨਵਾਂ ਬਲੌਗ ਅੱਜ ਸ਼ੂਟ ਕਰਨ ਲੱਗਿਆ, ਅਤੇ ਆਪਾਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਕੀ ਦਿਖਾਉਣਾ ਸਰ ਨੇ, ਸਾਰਾ ਕੁਝ ਆਪਾਂ ਇੱਕ ਵਾਰੀ ਪਹਿਲਾਂ ਗੱਲਾਂ ਬਾਤਾਂ ਕਰਦੇ ਹਾਂ, ਫਿਰ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ। ਆਪਾਂ ਅੱਜ ਕੀ ਨਵਾਂ ਦਿਖਾਉਣਾ ਆਪਣੇ ਵਿਊਸ ਨੂੰ ਜੀ? ਅਸੀਂ ਆਹ ਗੱਡੀ ਹੁਣ ਇਸ ਟਾਈਮ ਟੀਪੀਐਸ ਕਰ ਰਹੇ ਹਾਂ, ਰੈਪ ਕਰ ਰਹੇ ਹਾਂ। ਠੀਕ ਹੈ ਜੀ। ਠੀਕ ਹੈ, ਆਹ ਗੱਡੀ ਅਸੀਂ ਬਲੈਕ ਬਿਲਕੁਲ ਬ੍ਰੈਂਡ ਨਿਊ ਗੱਡੀ ਹੈ, ਇਹਨੂੰ ਅਸੀਂ ਸੈਰਾਮਿਕ ਕੋਟਿੰਗ ਕਰ ਰਹੇ ਹਾਂ। ਸੈਰਾਮਿਕ ਕੋਟਿੰਗ ਕਰ ਰਹੇ ਹਾਂ, ਸਾਡੇ ਕੋਲ ਤੁਹਾਡੀ ਵਾਹਿਗੁਰੂ ਦੀ ਕਿਰਪਾ ਨਾਲ ਨਵੀਆਂ ਤੋਂ ਨਵੀਆਂ ਗੱਡੀਆਂ ਆਉਂਦੀਆਂ ਨੇ, ਪੁਰਾਣੀਆਂ ਗੱਡੀਆਂ ਆਉਂਦੀਆਂ ਨੇ। ਠੀਕ ਹੈ ਜੀ। ਠੀਕ ਹੈ, ਸੈਰਾਮਿਕ ਕੋਟਿੰਗ ਹੋਣ ਲਈ, ਟੀਪੀਐਸ ਹੋਣ ਲਈ, ਇਹ ਸਾਰੇ ਤੁਹਾਡੀ ਕਿਰਪਾ ਨਾਲ ਨਵਾਂ ਸ਼ੋਰੂਮ ਬਣਿਆ। ਠੀਕ ਹੈ। ਅਤੇ ਲਓ ਜੀ, ਇੱਕ ਗੱਲ ਹੋਰ, ਤਾਂ ਨਵਾਂ ਸ਼ੋਰੂਮ ਆ, ਅਤੇ ਤੁਹਾਨੂੰ ਸਾਰਾ ਕੁਛ ਦਿਖਾਵਾਂਗੇ ਨਾਲੇ ਸ਼ੋਰੂਮ ਦੇ ਵਿੱਚ ਕੀ ਗੱਲਬਾਤ ਆ, ਹੈ ਨਾ। ਖੁੱਲ੍ਹਾ ਡੁੱਲਾ ਸ਼ੋਰੂਮ ਆ, ਆਏ ਨਹੀਂ ਹੈਗਾ ਵੀ ਦੋ ਗੱਡੀਆਂ ਖੜ੍ਹ ਕੇ ਵੀ ਭੀੜਾ ਜਿਹਾ ਹੋ ਗਿਆ ਕੰਮ, ਹੈ ਨਾ ਜੀ। ਖੁੱਲ੍ਹਾ ਡੁੱਲਾ ਸ਼ੋਰੂਮ ਆ, ਅਤੇ ਤੁਹਾਨੂੰ ਸਾਰਾ ਕੁਛ ਦਿਖਾਵਾਂਗੇ ਕੀ ਗੱਲਬਾਤ ਆ, ਕਿੰਨੇ ਰੁਪਈਏ ਲੱਗਦੇ ਨੇ, ਬਲੌਗ ਦੇ ਵਿੱਚ ਸਾਰਾ ਕੁਛ ਕਲੀਅਰ ਹੋਜੂ, ਕਿਉਂਕਿ ਤੁਹਾਨੂੰ ਕਮੈਂਟ ਕਰਨ ਦੀ ਵੀ ਲੋੜ ਘੱਟ ਪਊਗੀ, ਕਿਉਂਕਿ ਬਲੌਗ ਦੇ ਵਿੱਚ ਸਾਰਾ ਕੁਛ ਕਲੀਅਰ ਹੋ ਜੇ। ਫਿਰ ਵੀ ਜੇ ਤੁਹਾਨੂੰ ਨਹੀਂ ਕੁਛ ਪਤਾ ਲੱਗ ਰਿਹਾ, ਕਮੈਂਟ ਕਰ ਦਿਓ, ਤੁਹਾਡੇ ਕਮੈਂਟਸ ਦਾ ਰਿਪਲਾਈ ਤੁਸੀਂ ਵੀ ਕਰੀ ਜਾਇਓ ਜੀ। ਹਾਂਜੀ, ਕਮੈਂਟ ਦਾ ਰਿਪਲਾਈ ਸਰ ਵੀ ਕਰੀ ਜਾਣਗੇ, ਅਤੇ ਮੈਂ ਵੀ ਕਰੀ ਜਾਊਂਗਾ। ਆਪਾਂ ਸਮਝਾਈਏ ਜੀ, ਸਾਰਾ ਕੁਛ ਦੱਸੀਏ ਜੀ। ਹਾਂਜੀ ਹਾਂਜੀ, ਆਪਾਂ ਇੱਧਰੋਂ ਸ਼ੁਰੂ ਕਰੀਏ, ਇੱਧਰੋਂ ਕਰਦੇ ਹਾਂ। ਹਾਂਜੀ, ਜਿਵੇਂ ਆਪਾਂ ਦੇਖ ਸਕਦੇ ਹਾਂ ਨਾ, ਜਿਵੇਂ ਸਕੋਰਪੀਓ ਕਾਰ ਖੜੀ ਹੈ, ਜਮੀ ਨਵੀਂ ਕਾਰ ਆ ਇਹ, ਅਤੇ ਇਹਨਾਂ ਨੇ ਜਿਵੇਂ ਆਪਾਂ ਇਹ ਹੱਥੇ 'ਤੇ ਤਿਲਕ ਰਿਹਾ, ਇਹਨਾਂ ਨੇ ਕੀ ਕੀਤਾ ਇਹਦੇ 'ਤੇ, ਅਤੇ ਕਿਵੇਂ ਕਾਰਾਂ ਚਮਕਦੀਆਂ ਨੇ, ਜਿਹੜੇ ਇਹ ਚੀਜ਼ਾਂ ਕਰਵਾਉਂਦੇ ਇਹਨਾਂ ਦੇ ਕੀ ਨਾਮ ਹੈ, ਇਹਨਾਂ ਦੇ ਜਿਹੜੀਆਂ ਚੀਜ਼ਾਂ ਕਰਵਾਉਣੇ ਆਪਾਂ, ਅਤੇ ਕਿੰਨੇ ਰੁਪਏ ਲੱਗਦੇ ਆ ਜੀ ਇਹਨਾਂ ਦੀ, ਕੀ ਗੱਲ? ਸਿੱਧੂ ਸਾਹਿਬ, ਇਹ ਸੈਰਾਮਿਕ ਕੋਟਿੰਗ ਹੋ ਰਹੀ ਹੈ। ਠੀਕ ਹੈ ਜੀ। ਸਾਡੇ ਕੋਲ ਨੰਬਰ 1 ਬ੍ਰਾਂਡ ਹੈ USA ਦਾ, ਮੈਗਵਾਰ ਕੰਪਨੀ ਦਾ। ਮੈਗਵਾਰ ਕੰਪਨੀ ਦਾ, ਉਹਦੇ ਅਸੀਂ ਇਹਦੀ ਸੈਰਾਮਿਕ ਕੋਟਿੰਗ ਕਰਦੇ ਆ। ਜਿਹੜੇ ਕੰਪਨੀ ਦੇ ਪ੍ਰੋਡਕਟ ਨੇ ਉਹ ਵੀ ਦਿਖਾਵਾਂਗੇ ਆਪਾਂ ਬਾਅਦ ਵਿੱਚ। ਦਿਖਾਵਾਂਗੇ ਜੀ, ਇੱਕ ਇੱਕ ਚੀਜ਼ ਦਿਖਾਵਾਂਗੇ। ਇਸ ਗੱਡੀ ਦੀ ਲਾਈਫ ਅਸੀਂ 5 ਸਾਲ ਇਹਨੂੰ ਕਰਕੇ ਦੇਣਾ, 5 ਸਾਲ ਦਾ ਪੈਕੇਜ ਹੈ ਜੀ। ਇਹ 5 ਸਾਲ 'ਚ ਇਹਨੂੰ ਕੁਛ ਵੀ ਹੁੰਦਾ, ਇਹਦੀ ਸ਼ਾਈਨਿੰਗ ਘੱਟਦੀ ਹੈ, ਕੋਈ ਸਕ੍ਰੈਚ ਆਉਂਦਾ, ਕੁਛ ਵੀ ਹੁੰਦਾ, ਉਹਦੀ ਰਿਸਪੋਂਸੀਬਿਲਟੀ ਸਾਡੀ ਹੈ। ਅਸੀਂ ਫ੍ਰੀ ਆਫ ਕਾਸਟ ਨੂੰ ਰਿਪੇਅਰ ਕਰਕੇ ਦੇਣਾ ਜੇ ਇਹਨੂੰ ਕੁਛ ਹੁੰਦਾ ਤਾਂ। ਠੀਕ ਹੈ ਜੀ। ਇਹਦਾ ਟ੍ਰੀਟਮੈਂਟ ਫ੍ਰੀ ਕਰਕੇ ਦੇਣਾ, ਪਹਿਲੀ ਗੱਲ ਤਾਂ 100% ਇਹਦਾ ਆਉਂਦਾ ਹੀ ਨਹੀਂ ਹੈ। ਬਾਏ ਚਾਂਸ ਕੋਈ ਰੱਬ ਕਰ ਗਿਆ ਜਾਂ ਕੋਈ ਹੋਰ ਹੋ ਗਿਆ, ਉਹ ਨਾਲ ਆ ਗਿਆ ਤਾਂ ਅਸੀਂ ਫ੍ਰੀ ਕਰਕੇ ਦੇਵਾਂਗੇ। ਠੀਕ ਹੈ ਜੀ। ਇਹਦੀ ਗਲਾਸ, ਜਿਹੜੀ ਗਲਾਸ ਲੋਕਾਂ ਦੇਖੋ, ਇਹਦੇ ਵਿੱਚ ਤੁਸੀਂ ਸ਼ਕਲ ਦੇਖੋ ਅੰਦਰ ਦੀ, ਤੁਹਾਨੂੰ ਅੰਦਰੋਂ ਸ਼ਕਲ ਦਿਖ ਰਹੀ ਹੈ। ਇਹ ਹਜੇ ਫਾਈਨਲ ਨਹੀਂ ਹੋਈ, ਜਦੋਂ ਫਾਈਨਲ ਹੋ ਗਈ ਇਹਦੇ ਨਾਲ ਵੀ 100 ਗੁਣਾ ਜ਼ਿਆਦਾ ਸ਼ਾਈਨਿੰਗ ਆਊਗੀ। ਕੰਮ ਚੱਲੀ ਜਾਂਦਾ ਇਹਦਾ, ਕੰਮ ਚੱਲ ਰਿਹਾ। ਠੀਕ ਹੈ ਜੀ। ਇਹ ਗਲਾਸ ਲੁੱਕ ਆਊ, ਤੇ ਗਲਾਸ ਲੁੱਕ ਵੀ ਰਹੂਗੇ। ਠੀਕ ਹੈ, ਖੜਦਾ ਜਿਸ ਤੇ, ਠੀਕ ਹੈ, ਡਸਟ ਨਹੀਂ ਖੜਦੀ, ਇਹਦੇ ਤੇ ਪਾਣੀ ਨਹੀਂ ਖੜਦਾ। ਤੁਹਾਨੂੰ ਪਾਣੀ ਡੋਲ ਕੇ ਵੀ ਦਿਖਾ ਦਿੰਦੇ ਆ, ਪਾਣੀ ਸਾਰਾ ਦਾ ਸਾਰਾ ਥੱਲੇ ਆਜੂ, ਡੌਟਸ ਨਹੀਂ ਬਣਦੇ, ਚਿਪਕਦਾ ਨਹੀਂ ਹੈ ਪਾਣੀ। ਠੀਕ ਹੈ, ਆਊਟਰ ਫਰੰਟ ਦਿਖਾ ਦਿੰਦਾ। ਵਾਹ ਜੀ, ਠੀਕ ਹੈ ਜੀ। ਆਹ ਫਰੰਟ ਹੋ ਰਿਹਾ ਜੀ, ਹੁਣ ਇਹਦੇ IPA ਲਾਇਆ ਹੋਇਆ, ਇਸ ਤੇ ਹੱਥ ਨਾ ਲਾਓ ਪਲੀਜ਼। ਅੱਛਾ, ਹੱਥ ਨਹੀਂ ਲਾਉਣਾ? ਨਹੀਂ, ਹੱਥ ਨਹੀਂ ਲਾਉਣਾ, ਇਹਦਾ ਪ੍ਰੋਸੈਸ ਚੱਲ ਰਿਹਾ ਨਾ ਜੀ। ਠੀਕ ਹੈ, ਇਹਦੇ ਹੁਣ IPA ਲਾਇਆ, ਇਸ ਤੋਂ ਬਾਅਦ ਇਹਦੀ ਸੈਰਾਮਿਕ ਕੋਟਿੰਗ ਹੋਊਗੀ। ਠੀਕ ਹੈ ਜੀ, ਠੀਕ ਹੈ ਜੀ। ਤੇ ਇਹਦੇ ਅੰਦਰੋਂ ਵੀ ਕੁਝ ਕੀਤਾ ਜੀ? ਹਾਂ, ਅੰਦਰੋਂ ਸਾਰਾ ਇੰਟੀਰੀਅਰ ਵਾਸ਼ ਹੁੰਦਾ ਜੀ, ਕੈਮੀਕਲ ਵਾਸ਼ ਹੁੰਦਾ ਸਾਰਾ। ਦੇਖੋ, ਅੰਦਰ ਆ ਕੇ ਦੇਖੋ ਤੁਸੀਂ, ਬਿਲਕੁਲ ਫਰੈਸ਼ ਕਰ ਦਿੰਦੇ ਆ। ਠੀਕ ਹੈ ਜੀ, ਇੰਟੀਰੀਅਰ। ਠੀਕ ਹੈ, ਲਓ ਜੀ, ਇੰਟੀਰੀਅਰ ਵੀ ਜਿਵੇਂ ਬਿਲਕੁਲ ਫਰੈਸ਼ ਹੀ ਕਰਤਾ ਹੈਗਾ। ਹੋਰ ਕੀ ਗੱਲਬਾਤ ਹੁੰਦੀ ਹੈ ਜੀ ਇਹਦੀ, ਕੀ ਕੁਆਲਿਟੀ ਹੁੰਦੀ ਹੈ? ਇਹ ਤੇ ਪੀਪੇਪ ਹੋ ਜਾਂਦੀ ਹੈ ਜੀ। ਇਹ ਤੇ ਰੈਪ ਹੋ ਜਾਂਦੀਆਂ ਗੱਡੀਆਂ, ਜਿਹਨਾਂ ਦੀ ਰੈਪ ਹੋਈ ਜਾਂਦੀ ਹੈ। ਹੁਣ ਤੁਸੀਂ ਆ ਦੇਖੋ, ਰੈਪ ਹੋ ਰਹੀ ਹੈ ਗੱਡੀ। ਠੀਕ ਹੈ ਜੀ। ਕਿਉਂ ਸਾਡੇ ਮੁੰਡੇ ਇਸ ਗੱਡੀ ਦੀ ਰੂਫ ਨੂੰ ਕਰ ਰਹੇ ਨੇ, ਰੈਪ ਕਰ ਰਹੇ ਨੇ। ਠੀਕ ਹੈ ਜੀ। ਫੁੱਲ ਗੱਡੀ ਵੀ ਰੈਪ ਹੋ ਜਾਂਦੀ ਹੈ, ਪੀਪੀਐਫ ਹੋ ਜਾਂਦੀ ਹੈਗੀ। ਇਹਦੇ ਬਹੁਤ ਬੈਨੀਫਿਟ ਹੈ, ਇਹਨੂੰ ਜਦੋਂ ਮਰਜ਼ੀ ਉਤਾਰ ਲਓ। ਠੀਕ ਹੈ ਜੀ।
ਤੇ ਇਹਦੀ ਗਰੰਟੀ ਕਿੰਨੇ ਟਾਈਮ ਦੀ ਦਿੰਦੇ ਹੋ ਰੈਪ ਦੀ ਜੀ? 5 ਸਾਲ ਜਾਂ 7 ਸਾਲ ਜਿਹੇ ਦਾ ਬੰਦਾ ਪੈਕੇ ਲੈਂਦਾ ਉਹੋ ਜੀ ਗਰੰਟੀ। ਠੀਕ ਹੈ ਜੀ, ਠੀਕ ਹੈ ਜੀ। ਤੇ ਕਿੰਨੇ ਟਾਈਮ 'ਚ ਇਹ ਹੋ ਜੂ ਜੀ ਰੈਪ? ਕਿੰਨਾ ਟਾਈਮ ਕਾਰ ਤੁਹਾਡੇ ਕੋਲ ਖੜੀ ਕਰਨੀ ਪਊ? ਸਾਨੂੰ ਪਹਿਲਾਂ ਤਾਂ ਹਫ਼ਤਾ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈ ਵੀ ਜੇ ਗੱਡੀ ਵਾਲੇ ਨੇ ਫੁੱਲ ਰੈਪ ਕਰਾਉਣੀ ਜਾਂ ਪੀਪੀਐਫ ਕਰਾਉਣੀ ਆ। ਉਸ ਤੋਂ ਬਾਅਦ ਅਸੀਂ 3 ਤੋਂ 4 ਦਿਨ ਲੈਂਦੇ ਹਾਂ। ਠੀਕ ਹੈ ਜੀ, 3 ਤੋਂ 4 ਦਿਨ ਲੱਗਦੇ ਨੇ। ਠੀਕ ਹੈ ਜੀ, ਜੀ 3-4 ਦਿਨਾਂ ਦੇ ਵਿੱਚ ਕਾਰ ਹੈ ਜਿਹੜੀ ਪੂਰੀ ਰੈਪ ਹੋ ਜਾਂਦੀ ਆ। ਤੇ ਬਾਕੀ ਕਾਰ ਦੇ ਸਾਈਜ਼ ਤੇ ਵੀ ਹੁੰਦਾ ਹੈ ਨਾ, ਕਈ ਐਸਯੂਵੀ ਕਾਰਾਂ ਹੁੰਦੀਆਂ ਜਿਵੇਂ ਸੈਡਾਨ ਕਾਰਾਂ, ਉਹਨਾਂ ਦਾ ਕੁਝ ਫਰਕ ਹੁੰਦਾ। ਤੇ ਆਮ ਲੋਕ ਵਰਕਸ਼ਾਪਾਂ 'ਚ ਰਬਿੰਗ ਕਰਦੇ ਹੈ ਨਾ? ਹਾਂਜੀ, ਅਸੀਂ ਰਬਿੰਗ ਨਹੀਂ ਕਰਦੇ, ਅਸੀਂ ਕੰਪਾਊਂਡਿੰਗ ਕਰਦੇ ਹਾਂ। ਸਾਡੇ ਕੋਲ ਰੂਪੀ ਦਾ ਪ੍ਰੋਡਕਟ ਆ, ਉਸ ਦੀ ਇਹ ਕੰਪਾਊਂਡਿੰਗ ਹੁੰਦੀ ਹੈ। ਰਬਿੰਗ ਦਾ ਰੰਗ ਪਟ ਦਿੰਦੀ ਹੈ, ਠੀਕ ਹੈ, ਗੱਡੀ ਦਾ ਰੰਗ ਲਾਹ ਹੁੰਦੀ ਹੈ, ਇਸ ਦਾ ਰੰਗ ਨਹੀਂ ਜਾਂਦਾ, ਗੱਡੀ ਸਮੂਥ ਅਤੇ ਸ਼ਾਈਨ ਹੋ ਜਾਂਦੀ ਹੈ। ਠੀਕ ਹੈ, ਇਹ ਚੀਪ ਪ੍ਰੋਡਕਟ ਹੈ, ਵਧੀਆ। ਜਿਵੇਂ ਲੋਕਾਂ ਨੇ ਪੁਰਾਣੀਆਂ ਗੱਡੀਆਂ ਨਹੀਂ ਜ਼ਿਆਦਾ ਪੈਸੇ ਲਾਉਣੇ, ਉਹ ਇਕੱਲੀਆਂ ਸਾਡੇ ਤੋਂ ਕੰਪਾਊਂਡਿੰਗ ਕਰਾ ਕੇ ਜਾ ਸਕਦੇ ਨੇ। ਠੀਕ ਹੈ ਜੀ, ਅਤੇ ਲਓ ਜੀ ਇਹਦਾ ਹਜੇ ਇਹਦਾ ਵੀ ਕੰਮ ਚੱਲੀ ਜਾਂਦਾ ਹੈਗਾ ਕਿ ਜਿਹੜੀ ਇਹ ਜਿਹੜੀ ਕਰੋਮ ਫਿਨਿਸ਼ਿੰਗ ਹੁੰਦੀ ਹੈ ਨਾ, ਜਿਹੜੀ ਕਰੋਮ ਫਿਨਿਸ਼ਿੰਗ, ਇਹਦੀ ਵੀ ਉਸੇ ਤਰ੍ਹਾਂ ਚਮਕ ਵਾਪਸ ਆ ਜਾਂਦੀ ਹੈ ਜਦੋਂ ਆਪਾਂ ਨਵੀਂ ਲੈਂਦੇ ਹੁੰਦੇ ਜੀ, ਹੈ ਨਾ? ਠੀਕ ਹੈ ਜੀ, ਕਿੰਨੇ ਟਾਈਮ 'ਚ ਕਰ ਦੋਗੇ ਜੀ ਇਹਨੂੰ? ਠੀਕ ਹੈ ਜੀ, ਲਓ ਜੀ 2-3 ਦਿਨ ਲੱਗ ਜਾਣਗੇ ਜੀ ਇਹਨੂੰ? ਦੋ ਕੱਲ੍ਹ ਤਾਂ ਰੈਡੀ ਹੈ ਜੀ, ਕੱਲ੍ਹ ਰੈਡੀ ਹੋ ਜੂਗਾ। ਬਸ ਠੀਕ ਹੈ ਜੀ, ਇਹਦਾ ਆਫਿਸ ਤੱਕ ਨਹੀਂ ਕੀਤਾ ਜੀ। ਕੀ ਚੀਜ਼ ਪੇਂਟ ਕੀਤੀ ਜੀ? ਢੋਲ ਪੇਂਟ ਹੈ ਜੀ, ਅਗਲੀ ਵਿੰਡੋ ਪੇਂਟ, ਵਿੰਡੋ ਪੇਂਟ। ਠੀਕ ਹੈ ਜੀ, ਅਤੇ ਆਹ ਇਹਨਾਂ ਦਾ ਹਜੇ ਪ੍ਰੋਡਕਟ ਲਾ ਕੇ ਰੱਖਿਆ ਹੋਇਆ, ਅਤੇ ਇਹ ਜਦੋਂ ਤੱਕ ਇਹ ਸੁੱਕੂਗਾ ਉਸ ਤੋਂ ਬਾਅਦ ਫਿਰ ਇਹਦੀ ਜਿਹੜੀ ਪ੍ਰੋਸੈਸਿੰਗ ਦੇ ਵਿੱਚ ਇਹ ਪਈ ਆ, ਉਸ ਤੋਂ ਬਾਅਦ ਫਿਰ ਇਹਦਾ ਕੰਮ ਸਟਾਰਟ ਹੋਊਗਾ। ਅਤੇ ਦੇਖੋ ਜਿਵੇਂ ਤੁਸੀਂ ਹੈ ਨਾ, ਤਾਂ ਸਿਆਜ ਇਹ 5-7 ਸਾਲ ਪੁਰਾਣੀ ਕਾਰ ਹੋਣੀ ਹੈ। ਕਿਹੜਾ ਮਾਡਲ ਹੈ ਜੀ ਇਹ? 16 ਮਾਡਲ ਹੋਊਗੀ। ਠੀਕ ਹੈ, ਲਓ 17 ਮਾਡਲ ਜਿਵੇਂ ਸਿਆਜ ਆ, ਹੈ ਨਾ? ਅਤੇ ਇਹਦਾ ਐਂ ਮੰਨ ਲਓ ਜਿਵੇਂ ਇਹ ਐਂ ਲੱਗੂਗੀ ਜਿਵੇਂ ਉੱਦਣ ਹੀ ਲੈ ਕੇ ਆਏ ਹਾਂ ਇਹਨੂੰ। ਸਕੋਡਾ ਜੀ, ਇਹ ਵੀ ਅਸੀਂ ਰੈਪ ਕਰਨੀ ਹੈ, ਸੈਰਾਮਿਕ ਕਰਨੀ ਹੈ। ਠੀਕ ਹੈ, ਇਹਦੇ ਪਹਿਲਾਂ ਦੋਨੇ ਬੰਪਰ ਪੇਂਟ ਕੀਤੇ ਆ ਜੀ, ਆਓ ਤੁਹਾਨੂੰ ਦਿਖਾਵਾਂ। ਜਿਹੜੀ ਆਹ ਵਿੰਡੋ ਪੇਂਟ ਹੈ ਜੀ, ਪਿਛਲਾ ਢੋਲ ਪੇਂਟ ਹੈ। ਦੇਖੋ ਲੱਗਦਾ ਪੇਂਟ, ਬਿਲਕੁਲ ਵੀ ਜਜਮੈਂਟ ਨਹੀਂ ਹੁੰਦੀ। ਮਗਰਲਾ ਬੰਪਰ ਪੇਂਟ ਹੈ ਜੀ ਇਸਦਾ। ਅੱਛਾ, ਪਿਛਲਾ ਬੰਪਰ ਵੀ ਪੇਂਟ ਆ ਜੀ? ਆਹ ਵੀ ਵਿੰਡੋ ਪੇਂਟ ਹੈ ਜੀ। ਠੀਕ ਹੈ ਜੀ, ਇਹ ਹੁਣ ਗੱਡੀਆਂ ਪ੍ਰੋਸੈਸ 'ਚ ਹੈ, ਇਸ ਤੋਂ ਬਾਅਦ ਇਹਦੀ ਨੰਬਰ ਆਊਗਾ, ਇਹ ਤਿਆਰ ਹੋਊਗੀ ਜੀ। ਫਿਰ ਦੀ ਡਿਟੇਲਿੰਗ, ਠੀਕ ਹੈ ਜੀ, ਉਹ ਤੁਸੀਂ ਫੋਨ ਨੰਬਰ ਨੋਟ ਕਰ ਲਓ, 9417-15372, ਠੀਕ ਹੈ, 9417-15372। ਅਤੇ ਅਗਲਾ ਨੰਬਰ ਹੈਗਾ 9348-63004। ਫਿਰ ਦੀ ਡਿਟੇਲਿੰਗ, ਬਾਕੀ ਫੁੱਲ ਐਡਰੈਸ ਆਪਾਂ ਇਹਨਾਂ ਤੋਂ ਲਵਾਂਗੇ ਸਰ ਤੋਂ। ਅਤੇ ਗੱਲ ਇਹ ਹੈਗੀ ਵੀ ਤੁਸੀਂ ਇੱਕ ਵਾਰੀ ਕਾਰ ਨਵੀਂ ਲੈ ਲਈ, ਨਵੀਂ ਕਾਰ 'ਤੇ ਵੀ ਜੇ ਤੁਸੀਂ ਕਰਵਾਉਣੇ ਹੋ ਇਹ ਚੀਜ਼ਾਂ, ਤਾਂ ਤੁਹਾਡੀ ਕਾਰ ਤੁਹਾਡੀ ਖਰਾਬ ਨਹੀਂ ਹੁੰਦੀ। ਨਵੀਂ ਗੱਡੀ ਤੁਹਾਡੀ ਖਰਾਬ ਨਹੀਂ ਹੁੰਦੀ, ਜਿਹੜੇ ਸੋਇਲ ਮਾਰਕਸ ਪੈ ਜਾਂਦੇ ਆ, ਨਿਸ਼ਾਨ ਗੋਲ ਗੋਲ ਪੈ ਜਾਂਦੇ ਆ, ਉਹ ਨਹੀਂ ਪੈਂਦੇ। ਵਾਸ਼ਿੰਗ ਏਰੀਆ ਅਤੇ ਡੈਂਟਿੰਗ ਪੇਂਟਿੰਗ ਲਈ ਇਹ ਸ਼ੈੱਡ ਤਿਆਰ ਕੀਤਾ। ਠੀਕ ਹੈ ਜੀ, ਇੱਧਰ ਗੱਡੀਆਂ ਆਰਾਮ ਨਾਲ ਡੈਂਟਿੰਗ ਪੇਂਟਿੰਗ ਹੋਣਗੀਆਂ, ਤਿਆਰ ਹੋਣਗੀਆਂ, ਅਤੇ ਅੰਦਰ ਪ੍ਰੋਸੈਸ ਗੱਡੀਆਂ ਨੇ। ਹੁਣ ਇਹਦਾ ਕੀ ਕੰਮ ਚੱਲੀ ਜਾਂਦਾ ਜੀ? ਅਲਾਏ ਪੋਲਿਸ਼ ਹੋ ਰਹੇ ਨੇ ਜੀ, ਕਰੋਮ ਹੋ ਰਹੇ ਨੇ ਇਹਦੇ ਅਲਾਏ। ਠੀਕ ਹੈ ਜੀ, ਅਲਾਏ ਕਰੋਮ ਕਰੇ ਤੇ ਉਹ i20 ਦਾ ਬੰਪਰ ਲਾਈਟ ਮਾਰਨੀ, ਉਹਦਾ ਪੇਂਟ ਕਰਨਾ ਹੈਗਾ। ਠੀਕ ਹੈ ਜੀ, ਲਓ ਜੀ ਹੋਂਡਾ ਸਿਟੀ ਵੀ ਤਿਆਰ ਕਰੀ ਜਾਂਦੇ ਨੇ ਸਰ, ਅਤੇ ਇੱਧਰ i20 ਦਾ ਇਹਦੇ ਬੰਪਰ ਦੋਨੇ ਰੰਗ ਕਰਨੇ ਨੇ, ਲਾਈਟ ਕਰਨੀ ਹੈ ਜੀ। ਠੀਕ ਹੈ ਜੀ, ਅਤੇ ਇਹਦੀ ਰਬਿੰਗ ਕਰਨੀ ਹੈ ਅਤੇ ਅੰਦਰੋਂ ਡਰੈਕਿੰਗ ਕਰਨੀ ਸਾਰੀ ਜੀ। ਠੀਕ ਹੈ ਜੀ, ਕਿੰਨੇ ਟਾਈਮ 'ਚ ਹੋ ਜੂ ਜੀ ਇਹ ਸਾਰੀ? ਇਹਨੂੰ 4 ਦਿਨ ਲੱਗਣੇ ਜੀ। ਠੀਕ ਹੈ ਜੀ, ਅਤੇ ਇੱਕ ਆਪਾਂ ਇਹ ਜ਼ਰੂਰ ਕਲੀਅਰ ਕਰ ਲਈਏ ਜੀ, ਹੈ ਨਾ, ਅਤੇ ਵੀ ਜਿਵੇਂ PPF ਹੋ ਗਈ, ਅਤੇ ਇਹਨਾਂ ਦੀ ਸਾਰਿਆਂ ਦੀ ਕੀ ਪ੍ਰਾਈਸ ਹੁੰਦੀ ਹੈ ਜੀ, ਕੀ ਗੱਲਬਾਤ ਹੈ ਇਹ ਸਾਰੀ ਜਿਹੜੀ ਵਿਊਅਰਸ ਉਹਨਾਂ ਨੂੰ ਵੈਰੀ ਕਰਦੀਆਂ ਨੇ? ਠੀਕ ਹੈ, ਉਹ ਤੁਹਾਨੂੰ ਮੈਂ ਚਲੋ ਉੱਧਰ ਤੁਹਾਨੂੰ ਐਵਰੀ ਦਿਖਾਉਣਾ, ਜਿਹੜੀ ਅਸੀਂ PPF ਵਰਤਦੇ ਹਾਂ, ਐਵਰੀ ਦੀ ਵਰਤਦੇ ਹਾਂ, ਹੋਰ ਪ੍ਰੋਡਕਟ ਨੇ ਜਿਹੜੇ ਤੁਹਾਨੂੰ ਦਿਖਾ ਕੇ ਦੱਸਦੇ ਹਾਂ ਨਾਮ ਉਹਨਾਂ ਦੇ ਸਾਰੇ। ਠੀਕ ਹੈ ਜੀ, ਠੀਕ ਹੈ, ਪੇਂਟ ਅਸੀਂ 2K ਵਰਤਦੇ ਹਾਂ, ਜਾਲੀ ਪੇਂਟ ਨਹੀਂ ਵਰਤਦੇ, ਇੱਕਦਾ ਅਸੀਂ ਅਸਤਰ ਵਰਤਦੇ ਹਾਂ ਥੱਲੇ PPG ਦਾ। ਠੀਕ ਹੈ ਜੀ, ਮਾੜਾ ਅਸਤਰ ਵੀ ਨਹੀਂ ਵਰਤਦੇ ਜਿਹੜਾ ਗਰਾਊਂਡ ਲਾਈ ਦਾ ਉਹਦਾ। ਠੀਕ ਹੈ ਜੀ, ਹਰ ਕੰਮ ਕੁਆਲਿਟੀ ਵਾਲਾ ਜੀ, 100% ਕੁਆਲਿਟੀ ਹੈ, 100% ਜ਼ਿੰਮੇਵਾਰੀ ਨਾਲ ਕੰਮ ਕਰਦੇ ਹਾਂ। ਠੀਕ ਹੈ ਜੀ, ਪਿੱਛੇ ਜਿਵੇਂ ਦੇਖਿਆ ਨਾ, ਇੱਕ ਹੋਰ ਵਰਕਸ਼ਾਪ ਸੀਗੀ ਇਹਨਾਂ ਦੀ, ਉੱਥੇ ਜਿਹੜੀ ਹੋਂਡਾ ਸਿਟੀ ਖੜੀ ਸੀ। ਅਤੇ ਬਾਕੀ ਇਹ ਜਿਹੜੇ ਵੀ ਪ੍ਰੋਡਕਟ ਲਾਉਂਦੇ ਨੇ ਉਹਦੇ ਬਾਰੇ ਨੌਲੇਜ ਲੈਂਦੇ ਆਪਾਂ ਵੀ, ਕਿਹੜੇ ਕਿਹੜੇ ਪ੍ਰੋਡਕਟ ਇਹ ਲਾਉਂਦੇ ਨੇ, ਹੈ ਨਾ, ਕਿਹੜੇ ਪ੍ਰੋਡਕਟ ਤੁਸੀਂ ਯੂਜ ਕਰਦੇ ਹੋ ਜੀ, ਹੈ ਨਾ, ਉਹਦੇ ਬਾਰੇ ਦੱਸਣਾ ਵੀ ਕਿਹੜੇ ਕਿਹੜੇ ਪ੍ਰੋਡਕਟ ਯੂਜ ਕਰਦੇ ਆ ਜੀ। ਕਈ ਵਾਰੀ ਇਹ ਹੁੰਦਾ ਜੀ, ਜੇ ਆਪਣੇ ਬਾਜ਼ਾਰ ਦੇ ਵਿੱਚ ਬਹੁਤ ਕੁਝ ਆ ਜੀ, ਹੈ ਨਾ, ਕਈ ਵਾਰੀ ਡੁਪਲੀਕੇਟ ਪ੍ਰੋਡਕਟ ਵੀ ਕਈ ਯੂਜ ਕਰਦੇ ਹੁੰਦੇ ਆ, ਉਹ ਦੱਸੋ ਜੀ ਕਿਵੇਂ ਪਛਾਣ ਕਿਵੇਂ ਆਉਂਦੀ ਹੈ ਚੀਜ਼ਾਂ ਦੀ? ਅਸੀਂ ਜਿਹੜੀ ਰੈਪਿੰਗ ਕਰਦੇ ਹਾਂ ਉਹ ਐਵਰੀ ਡੈਨਸਨ ਦੀ ਕਰਦੇ ਹਾਂ, ਇਹਦੀ ਵਾਰੰਟੀ ਹੁੰਦੀ ਹੈ 3 ਤੋਂ 5 ਸਾਲ ਤੱਕ। ਠੀਕ ਹੈ ਜੀ, ਇਹਦੇ 'ਚ ਹਰ ਸ਼ੇਡ ਮਿਲ ਜਾਂਦਾ ਹੈ, ਕਾਰਬਨ ਫਾਈਬਰ ਤੋਂ ਲੈ ਕੇ ਜਿਹੜਾ ਮਰਜ਼ੀ ਮਲਟੀ ਕਲਰ ਕਰਾ ਲਓ। ਠੀਕ ਹੈ ਜੀ, ਚਾਹੇ ਇਹਨੂੰ ਮੈਟ 'ਚ ਕਰਾ ਲਓ, ਚਾਹੇ ਇਹਨੂੰ ਗਲੋਸੀ 'ਚ ਕਰਾ ਲਓ। ਅੱਛਾ, ਕਈ ਜਿਵੇਂ ਹੁਣ ਵਾਈਟ ਕਲਰ ਆ, ਅਗਲੇ ਨੇ ਬਲੈਕ ਕਰਾਉਣੀ ਹੈ ਜਾਂ ਗੋਲਡਨ ਕਰਾਉਣੀ ਹੈ, ਹੋਰ ਕਰਾਉਣੀ ਹੈ, ਉਹ RC ਦੀ ਪ੍ਰੋਬਲਮ ਆਉਂਦੀ ਹੈ ਨਾ, ਉਹ ਅਸੀਂ RTO ਦਫ਼ਤਰ 'ਚੋਂ ਕੁਛ ਪੈਸੇ ਲਾ ਕੇ ਉਹਦਾ ਕਲਰ ਚੇਂਜ ਹੋ ਜਾਂਦਾ।
उस भी असं कस्टमर की हैल्प करते हैं भी उन्हें कलर चेंज कराने गड्डी का तो एक नंबर अच्छा आरसी ਦੇ ਵਿੱਚ ਸੈੱਟ ਕਰ ਦਿੰਦੇ ਹੋ ਕੰਮ ਹਾਂ ਅਸੀਂ ਨਹੀਂ ਕਰਦੇ ਉਹ ਆਰਟੀਓ ਦਫਤਰ ਸੈੱਟ ਕਰਦਾ ਉਹ ਰੈਪ ਦੇ ਨਾਲ ਨਾਲ ਪੀਪੀਐਫ ਵੀ ਕਰਦੇ ਆ ਪੀਪੀਐਫ ਸਟੈਕ ਡੈਮੋ ਦੀ ਕਰਦੇ ਆ ਸਟੈਕ ਡੈਮੋ ਦੀ ਇਹ ਕਿਵੇਂ ਕੋਈ ਚੰਗੀ ਕੰਪਨੀ ਹੈ ਜੀ ਇਹ ਸਭ ਤੋਂ ਬੈਸਟ ਕੰਪਨੀ ਹੈ ਜੀ ਇਹ 150 ਮਾਈਕਰੋਨ ਦੀ ਹੁੰਦੀ ਹੈ ਇਸ ਕਰਨ ਨਾਲ 150 ਕਿਵੇਂ ਜੀ 150 ਮਾਈਕਰੋਨ ਇਹਦੀ ਥਿਕਨੈਸ 150 ਮਾਈਕਰੋਨ ਹੈ ਅੱਛਾ ਇਸ ਨਾਲ ਤੁਹਾਡੀ ਗੱਡੀ ਨਾ ਸਕ੍ਰੈਚ ਪਵੇ ਨਾ ਪਾਣੀ ਖੜੇ ਨਾ ਮਿੱਟੀ ਖੜੇ ਫੁੱਲ ਸ਼ਾਈਨਿੰਗ ਮੈਟਸ ਕਰਾਣੀ ਆ ਮੈਟਸ ਹੋ ਜੂਗੀ ਸ਼ੈਨਿੰਗ ਕਰਾਣੀ ਆ ਸ਼ੈਨਿੰਗ ਹੋ ਜੂਗੀ ਜਦੋਂ ਤੁਸੀਂ ਉਤਾਰੋਗੇ ਤੁਹਾਡੀ ਗੱਡੀ ਸੇਮ ਟੂ ਸੇਮ ਪਹਿਲਾਂ ਵਾਲੀ ਪੋਜੀਸ਼ਨ 'ਚੋਂ ਉੱਦਾਂ ਦੀ ਉੱਦਾਂ ਬਾਹਰ ਆ ਜੂਗੀ ਠੀਕ ਹੈ ਜੀ ਸਭ ਤੋਂ ਬੈਸਟ ਕੁਆਲਿਟੀ ਹੈ ਟੀ ਪੀ ਓ ਇਹਦਾ ਜਿਹੜਾ ਹੈ ਇੱਕ ਵਰਜਨ ਟੀ ਪੀ ਓ ਹੈ ਟੀ ਪੀ ਓ ਐਚ ਵੀ ਹੁੰਦਾ ਹੈ ਜਦੋਂ ਵੀ ਕੋਈ ਹੋਰ ਕਸਟਮਰ ਕਿਤੇ ਬਾਹਰੋਂ ਵੀ ਕਰਾਉਂਦਾ ਹੈ ਉਹ ਪਹਿਲਾਂ ਇਹ ਜ਼ਰੂਰ ਚੈੱਕ ਕਰੇ ਵੀ ਸਟੈਕ ਡਾਊਨ ਦੀ ਮੈਂ ਟੀ ਪੀ ਓ ਕਰਾ ਰਿਹਾ ਜਾਂ ਟੀ ਪੀ ਐਚ ਕਰਾ ਰਿਹਾ ਉਹ ਇਹ ਓਰੀਜਨਲ ਹੈ ਇਹ ਜ਼ਰੂਰ ਦੇਖਿਆ ਜਾਵੇ ਉਹਦੇ ਹਰ ਬ੍ਰੈਂਡ ਜਿਹਦਾ ਜਿਹਦਾ ਹੈ ਲੈਂਥ ਉਹਦੇ ਲਿਖਿਆ ਹੁੰਦਾ ਸਟੈਕ ਡੈਨੋ ਠੀਕ ਹੈ ਜੀ ਮੈਂਸ਼ਨ ਹੁੰਦੀ ਹੈ ਅਤੇ ਉਹ ਪ੍ਰੋਡਕਟ ਦਿਖਾਇਓ ਜੀ ਜਿਹੜੇ ਹੁੰਦੇ ਆ ਤੁਹਾਡੇ ਕੋਲ ਸਾਰੇ ਹਾਂ ਆਹ ਮੈਗੁਆਰ ਦੀ ਸਾਡੇ ਕੋਲ ਸੈਰਾਮਿਕ ਹੈ ਅੱਛਾ ਜੀ ਠੀਕ ਹੈ ਜੀ ਤੋ ਜੀ ਇਹ ਸੈਰਾਮਿਕ ਹੁੰਦੀ ਆ ਇਹਨਾਂ ਕੋਲ ਇਹਨੂੰ ਦਿਖਾਇਓ ਜੀ ਬਾਹਰ ਕੱਢ ਕੇ ਇਹਦਾ ਜੀ ਆਈ ਪੀ ਹੈ ਆਈ ਪੀ ਹੁੰਦਾ ਇਹ ਪਹਿਲਾਂ ਵੱਜਦਾ ਠੀਕ ਹੈ ਜੀ ਆ ਇਹਦੀ ਸੈਰਾਮਿਕ ਹੈ ਜੀ ਠੀਕ ਹੈ ਜੀ ਇਹ ਸੈਰਾਮਿਕ ਕਰਦੇ ਹਾਂ ਆ ਹੋਲਡਰ ਹੈ ਜਿਹਦੇ ਨਾਲ ਇਹ ਲੱਗਦੀ ਹੈ ਜੀ ਜਿਹਦੇ ਨਾਲ ਲੱਗਦੀ ਠੀਕ ਹੈ ਠੀਕ ਹੈ ਜਿਹੜੀ ਪੀ ਪੀ ਐਫ ਹੁੰਦੀ ਹੈ ਜੀ ਠੀਕ ਹੈ ਜੀ ਇਹ ਪੀ ਪੀ ਐਫ ਹੈ ਇਹ ਚੜ੍ਹਦੇ ਆ ਇਹਦੇ ਉੱਤੋਂ ਲੈ ਜੂਗਾ ਅੰਦਰਲਾ ਪੇਪਰ ਇਹਦੇ ਚੜ੍ਹ ਜੂਗਾ ਜੀ ਠੀਕ ਹੈ ਇਹ ਫਿਰ ਕਿੰਨੇ ਸਾਲ ਖੜੀ ਰਹਿੰਦੀ ਹੈ ਪੀ ਪੀ ਐਫ ਜੀ ਇਹਦੀ 7 ਤੋਂ 10 ਸਾਲ ਦੀ ਵਾਰੰਟੀ ਹੁੰਦੀ ਹੈ 7 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਫੁੱਲ ਵਾਰੰਟੀ ਹੈ ਜੀ ਠੀਕ ਹੈ ਜੀ ਤੇ ਇੱਕ ਤੁਸੀਂ ਜਿਵੇਂ ਕਿਹਾ ਸੀ ਜੀ ਵੀ ਆਪਾਂ ਜਿਵੇਂ ਸਕਾਰਪੀਓ ਖੜੀ ਹੈ ਜੀ ਹੈ ਨਾ ਆਪਣੇ ਕੋਲੇ ਵੀ ਇਹਦੇ ਤੁਸੀਂ ਜਿਵੇਂ ਪਾਣੀ ਡੋਲਤਾ ਜੀ ਮੈਂ ਥੱਲੇ ਉੱਤੇ ਖੜਦਾ ਨਹੀਂ ਹੈਗਾ ਉਹਦੀ ਕੀ ਗੱਲਬਾਤ ਹੁੰਦੀ ਹੈ ਜੀ ਟਾਇਰਾਂ ਦੀ ਕੋਟਿੰਗ ਕੀਤੀ ਹੈ ਅੱਛਾ ਜੀ ਤੁਹਾਨੂੰ ਇਹਦੇ ਪਾਣੀ ਮਾਰਾਂਗੇ ਤੇ ਟਾਇਰ ਦੇ ਪਾਣੀ ਵੀ ਨਹੀਂ ਖੜਨਾ ਜੀ ਬਾਡੀ ਤੇ ਵੀ ਦਿਖਾਵਾਂਗੇ ਬਾਡੀ ਤੇ ਲੱਗੀ ਵੀ ਹੈ ਸੈਰਾਮਿਕ ਤੁਸੀਂ ਪਹਿਲਾਂ ਦੇਖਿਆ ਸੀ ਉਦੋਂ ਆਈ ਪੀ ਏ ਲੱਗਿਆ ਸੀ ਹੁਣ ਇਹਦੇ ਸੈਰਾਮਿਕ ਲੱਗ ਚੁੱਕੀ ਹੈ ਇਹਨੂੰ ਖੈਰ ਜੋ ਅੱਧਾ ਘੰਟਾ ਘੰਟਾ ਜਦੋਂ ਹੋ ਲੈਂਦੇ ਪ੍ਰੋਸੈਸ ਦਾ ਹੀਟ ਹੋ ਲੈਂਦੇ ਉਸ ਨੂੰ ਹੀਟ ਹੋਣ ਤੋਂ ਬਾਅਦ ਜਦੋਂ ਇਹ ਤੁਹਾਨੂੰ ਕਰਕੇ ਦਿਖਾਵਾਂਗੇ ਦੀ ਸ਼ਾਈਨ ਤੇ ਪਾਣੀ ਡੋਲ ਕੇ ਦਿਖਾਵਾਂਗੇ ਠੀਕ ਹੈ ਇਹ ਕਿੰਨੀਆਂ ਲੇਅਰਸ ਚੜ ਜਾਂਦੀਆਂ ਜਿੱਤੇ ਜੀ ਇਹਦੀ 8 ਮਾਈਕਰੋਨ ਚੜਾਈ ਹੈ ਜੀ ਇਸ ਤੋਂ 8 ਤੋਂ 12 ਮਾਈਕਰੋਨ ਚੜਦੀ ਹੈ ਇਸ ਤੇ ਅੱਛਾ ਆ ਦੇਖੋ ਜੀ ਲੋ ਸ਼ਾਟ ਇਹ ਆ ਪਾਣੀ ਪਾਊਗਾ ਪਾਣੀ ਦੇ ਇਹਦੇ ਰੁਕਣਾ ਅੱਗੇ ਉੱਪਰ ਵਾਲਾ ਸੈਂਟਰ ਤੇ ਜੀ ਜਾਂ ਕਿੱਥੇ ਸੈਂਟਰ ਦਾ ਠੀਕ ਹੈ ਇਹ ਫਿਰ ਜਿਵੇਂ ਪਾਣੀ ਇਹ ਤੇ ਰੁਕਦਾ ਨਹੀਂ ਜੀ ਤੇ ਰੇਤਾ ਵੀ ਨਹੀਂ ਰੁਕਦਾ ਜੀ ਨਹੀਂ ਨਾ ਰੇਤਾ ਰੁਕੇ ਨਾ ਪਾਣੀ ਰੁਕੇ ਜੀ ਠੀਕ ਹੈ ਜੀ ਤੇ ਇਹ ਵੀ ਤੁਸੀਂ 3 ਤੋਂ 5 ਸਾਲ ਕਿਹਾ ਜੀ ਹੈ ਨਾ ਨਹੀਂ ਜੀ ਇਹਦੀ 5 ਸਾਲ ਦੀ ਵਾਰੰਟੀ ਹੈ ਜੀ ਹਾਂਜੀ 5 ਸਾਲ ਤੇ ਨੂੰ ਕੁਝ ਵੀ ਹੁੰਦਾ ਹੈ ਤਾਂ ਅਸੀਂ ਦਾ ਟ੍ਰੀਟਮੈਂਟ ਜਿਹੜਾ ਕਰਨਾ ਫ੍ਰੀ ਆਫ ਕਾਸਟ ਕਰਕੇ ਦੇਣਾ ਹੁੰਦਾ ਹੈ ਠੀਕ ਹੈ ਜੀ ਇਹਦੀ ਗਲੋਸ ਘਟਦੀ ਹੈ ਜਾਂ ਇਹਦੇ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਮਾੜਾ ਮੋਟਾ ਕੋਈ ਸਕ੍ਰੈਚ ਪੈਂਦਾ ਉਹ ਅਸੀਂ ਫ੍ਰੀ ਚੱਕ ਕੇ ਦੇਣਾ ਹਾਂਜੀ ਇਹਦੇ 3 ਪਲਾਨ ਨੇ ਜੀ ਕਿਵੇਂ ਜੀ ਇਹਦੇ 3 ਪਲਾਨ ਹੁੰਦੇ ਨੇ ਠੀਕ ਹੈ ਜੀ 1 ਸਾਲ ਦਾ 1 2 ਸਾਲ ਦਾ 1 5 ਸਾਲ ਦਾ ਠੀਕ ਹੈ ਜੀ ਉਦਾਂ ਹੀ ਪੈਸੇ ਵੈਰੀ ਕਰਦੇ ਆ ਸਾਲ ਵਾਲੇ ਦੇ ਪੈਸੇ ਘੱਟ ਹੈ 2 ਸਾਲ ਵਾਲੇ ਦੇ ਜ਼ਿਆਦਾ ਹੈ ਤੇ ਜਿਹੜਾ 5 ਸਾਲ ਉਹਦੇ ਮੈਕਸਿਮਮ ਪੈਸੇ ਨੇ ਠੀਕ ਹੈ ਕਿੰਨੇ ਕਿੰਨੇ ਆ ਜੀ ਸਾਲ 2 ਸਾਲ 3 ਸਾਲ ਦਾ ਸਕਾਰਪੀਓ ਦੇ ਸਾਲ ਦਾ 20,000 ਜੀ 2 ਸਾਲ ਦਾ 25,000 ਤੇ 5 ਸਾਲ ਦਾ 35,000 ਠੀਕ ਹੈ ਅਸੀਂ ਜਦੋਂ ਇਹਨੂੰ ਸੈਰਾਮਿਕ ਕਰਦੇ ਆ ਹੈਡਲਾਈਟ ਸਾਈਡ ਮਿਰਰ ਪਿਛਲੇ ਟੇਲ ਲੈਂਪ ਇੰਜਨ ਇੰਟੀਰੀਅਰ ਸਾਰਾ ਇਹਨਾਂ ਦੇ ਕਬਜ਼ੇ ਏ ਟੂ ਜ਼ੈਡ ਉਹ ਕੋਈ ਵੀ ਡਿਟੇਲਿੰਗ ਵਾਲਾ ਨਹੀਂ ਕਰਦਾ ਉਹ ਸਿਰਫ ਬਾਡੀ ਨੂੰ ਡਿਟੇਲਿੰਗ ਕਰਦੇ ਆ ਅਸੀਂ ਏ ਤੋਂ ਲੈ ਕੇ ਜ਼ੈਡ ਤੱਕ ਸਾਰਾ ਕੰਮ ਕਰਕੇ ਦਿੰਦੇ ਆ ਕਸਟਮਰ ਨੂੰ ਮਤਲਬ ਤੁਸੀਂ ਕਸਟਮਰ ਨੂੰ ਖੁਸ਼ ਕਰ ਦਿੰਦੇ ਪੂਰਾ ਪੂਰਾ ਜੀ ਫੁੱਲ ਕੁਛ ਫੁੱਲ ਬੰਦਾ ਕਹਿੰਦਾ ਮੈਂ ਗੱਡੀ ਆ ਤੁਹਾਨੂੰ ਮੈਂ ਪ੍ਰੋਡਕਟ ਦਿਖਾਵਾਂ ਅੱਛਾ ਹਜਾ ਠੀਕ ਹੈ ਜੀ ਲਓ ਜੀ ਪ੍ਰੋਡਕਟ ਆਪਾਂ ਹੋਰ ਦੇਖ ਲਈਏ ਬਲੌਗ ਦੇ ਵਿੱਚ ਨਾਲ ਨਾਲ ਪ੍ਰੋਡਕਟ ਵੀ ਆਪਾਂ ਦੇਖੀ ਜਾਵਾਂਗੇ ਰੂਪੀ ਦਾ ਕੰਪਾਊਂਡ ਲਾਣੇ ਜਿਸ ਰੂਪੀਸ ਹਾਂ ਰੂਪੀਸ ਦੇ ਕੰਪਾਊਂਡ ਲਾਣੇ ਆ ਠੀਕ ਹੈ ਲੋਕ ਗੱਡੀਆਂ ਦੇ ਲਾਣ ਲਈ ਰੇਗਮਰ ਵਰਤਦੇ ਆ ਅਸੀਂ ਕਲੇ ਵਰਤਦੇ ਆ ਇਸ ਨਾਲ ਗੱਡੀ ਦਾ ਪੇਂਟ ਨਹੀਂ ਖਰਾਬ ਹੁੰਦਾ ਠੀਕ ਹੈ ਜਿਹੜੀ ਗੱਡੀ ਤੋਂ ਮੈਲ ਲਾਣੀ ਜਾਂ ਕੁਝ ਕਰਨਾ ਉਹਦੇ ਲਈ ਕਲੇ ਵਰਤਦੇ ਆ ਲੋਕ ਰੇਗਮਰ ਵਰਤਦੇ ਆ ਕੋਈ 2000 ਨੰਬਰ ਦਾ ਕੋਈ 1500 ਉਹ ਨਹੀਂ ਅਸੀਂ ਵਰਤਦੇ ਅਸੀਂ ਕਲੇ ਵਰਤਦੇ ਆ ਇਹ ਸਾਡੇ ਇਹਨਾਂ ਦੀ ਕੰਪਾਊਂਡਿੰਗ ਹੈ ਸਾਰੇ ਇਹਦੀ ਮੈਗੁਆਰ ਦੀ ਕੰਪਾਊਂਡਿੰਗ ਹੈ ਮੈਗੁਆਰ ਇਹ ਸਾਡਾ ਮੈਗੁਆਰ ਦਾ ਸ਼ੈਂਪੂ ਜਦੋਂ ਅਸੀਂ ਗੱਡੀ ਵਾਸ਼ ਕਰਦੇ ਆ ਇਸ ਨਾਲ ਕਰਦੇ ਆ ਠੀਕ ਹੈ ਪੂਰੇ ਦਾ ਸੈਂਟਰ ਨੇ ਰੂਪੀਸ ਦੇ ਸਾਰੇ ਠੀਕ ਹੈ ਜੀ ਨਾਲ ਅਸੀਂ ਦੀ ਕੰਪਾਊਂਡਿੰਗ ਕਰਦੇ ਆ ਉਹ ਰੂਪੀਸ ਦਾ ਆ ਦੇਖੋ ਇਹ ਡਿਊਲ ਫੰਕਸ਼ਨ 'ਚ ਕੰਮ ਕਰਦੀ ਹੈ ਇਹਨੂੰ ਲੋਕਾਂ ਕੋਲੇ ਵੱਡੇ ਹੁੰਦੇ ਨੇ ਇਹ ਰਬਿੰਗ ਵਾਲੀਆਂ ਮਸ਼ੀਨਾਂ ਉਹ ਰੰਗ ਉਤਾਰ ਦਿੰਦੀਆਂ ਨੇ
ਠੀਕ ਹੈ ਇਹਨੂੰ ਭਾਵੇਂ ਤੁਸੀਂ ਇਸ ਕਿਨਾਰੀ ਤੇ 10 ਮਿੰਟ ਲਗਾਤਾਰ ਚਲਾਈ ਚਲੋ ਰੰਗ ਨਹੀਂ ਉੱਤਰਦਾ ਠੀਕ ਹੈ ਜੀ ਇਹਦੇ ਪੈਡ ਸਪੈਸ਼ਲ ਹੁੰਦੇ ਨੇ ਜੀ ਠੀਕ ਹੈ ਜੀ ਠੀਕ ਹੈ ਸੌਫਟ ਪੈਡ ਨੇ ਇਜ਼ੀ ਵਰਕ ਹੈ ਸੌਫਟ ਵਰਕ ਹੈ ਇਹ ਫਿਰ ਇੰਡੀਆ 'ਚ ਵੀ ਮਿਲ ਜਾਂਦੀ ਹੈ ਮਸ਼ੀਨ ਜੀ ਇਟਲੀ ਦੀ ਹੈ ਜੀ ਇਟਲੀ ਦੀ ਇਟਲੀ ਦੀ ਹੈ ਜੀ ਜਿਹੜੇ ਸਾਡੇ ਪ੍ਰੋਡਕਟ ਤੁਸੀਂ ਦੇਖ ਕੇ ਆਏ ਹੋ ਉਹ ਸਾਰੇ ਯੂ ਐਸ ਏ ਦੇ ਨੇ ਜੀ ਠੀਕ ਹੈ ਜੀ ਇਹਨਾਂ ਦਾ ਇਹ ਬਣਾ ਜੀ ਠੀਕ ਹੈ ਜੀ ਹਰ ਕੁਆਲਿਟੀ ਵਾਲੀ ਚੀਜ਼ ਮਿਲਦੀ ਹੈ ਕੋਈ ਵੀ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਗੱਡੀ ਲੈ ਕੇ ਚਲੇ ਜਾਂਦੇ ਹਾਂ ਜਾ ਕੇ ਦੇਖਦੇ ਹਾਂ ਠੀਕ ਹੈ ਬਸ ਕਿਹੜੀ ਕਾਰ ਲੈ ਕੇ ਆਏ ਸੀ ਜੀ ਤੁਸੀਂ ਮੈਂ i20 ਵੀ ਲੈ ਕੇ ਆਇਆ ਹੁਣ ਐਕਸ ਯੂਵੀ ਵੀ ਲੈ ਕੇ ਆਇਆ ਜੀ ਠੀਕ ਹੈ ਜੀ ਕਿੱਥੋਂ ਲੈ ਕੇ ਆਏ ਕੰਮ ਦਾ ਗੁਨਿਆਣਾ ਮੰਡੀ ਜੀ ਠੀਕ ਹੈ ਜੀ ਤੇ ਲਓ ਜੀ ਫਿਰ ਇਹਨਾਂ ਕੋਲੇ ਹੈ ਨਾ ਦੂਰੋਂ ਦੂਰੋਂ ਜਿਵੇਂ ਕਾਰਾਂ ਆਉਂਦੀਆਂ ਨੇ ਤੇ ਇਹ ਗੁਨਿਆਣੇ ਦੇ ਕਸਟਮਰ ਸੀਗੇ ਜਿਨ੍ਹਾਂ ਤੋਂ ਆਪਾਂ ਪੁੱਛਿਆ ਹੈਗਾ ਸਾਡਾ ਇੰਸਟਾਗ੍ਰਾਮ ਤੇ ਪੇਜ ਹੈ ਹੈਡਰੋਗ੍ਰਾਫਿਕਸ ਪੰਜਾਬ ਤੇ ਵਿਰਦੀ ਡਿਟੇਲਿੰਗ ਦੇ ਨਾਂ ਤੇ ਪੇਜ ਹੈ ਸਾਡਾ ਉਹ ਮੈਂ ਡਿਸਕ੍ਰਿਪਸ਼ਨ 'ਚ ਲਿੰਕ ਪਾ ਦਿੱਤਾ ਜੀ ਉਹ ਜਰੂਰ ਫੋਲੋ ਕਰੋ ਤੁਹਾਨੂੰ ਸਾਡੇ ਕੰਮ ਦੀ ਸਾਰੀ ਕੁਆਲਿਟੀ ਮਿਲੂਗੀ ਦੇਖੋ ਸਾਡੇ ਕੰਮ ਨੂੰ ਇੰਸਟਾਗ੍ਰਾਮ ਤੇ ਬਾਕੀ ਇਹਨਾਂ ਦਾ ਆਪਾਂ ਜਿਹੜਾ ਫੁੱਲ ਐਡਰੈਸ ਆ ਤੇ ਉਹ ਲੈਣੇ ਇੱਕ ਤੁਹਾਡੇ ਕੰਟੈਕਟ ਨੰਬਰ ਜ਼ਰੂਰ ਦੱਸ ਦਿਓ ਜੀ ਕਿਹੜੇ ਕਿਹੜੇ ਸਾਡਾ ਜੀ ਮੇਰਾ ਕੰਟੈਕਟ ਨੰਬਰ ਹੈ 9417015372 ਦੂਜਾ ਨੰਬਰ ਹੈ ਸਾਡਾ 9348633004 ਠੀਕ ਹੈ ਜੀ ਸਾਡਾ ਐਡਰੈਸ ਹੈਗਾ 80 ਫੁੱਟੀ ਰੋਡ ਆਪੋਜਿਟ ਦਾਵਤ ਬੈਂਕਟ ਹਾਲ ਵਿਰਦੀ ਡਿਟੇਲਿੰਗ ਬਠਿੰਡਾ ਜੀ ਸ਼ਹਿਰ ਤੋਂ ਜਿਹਨੂੰ ਮਰਜ਼ੀ ਪੁੱਛ ਲਓ ਵਿਰਦੀ ਕੋਲ ਜਾਣਾ ਅਗਲਾ ਤੁਹਾਨੂੰ ਆਪਣੇ ਆਪ ਰਾਹ ਪਾ ਦੂਗਾ ਜੀ ਠੀਕ ਹੈ ਜੀ ਇੰਨੀ ਕੁ ਮਾਲਕ ਦੀ ਮਿਹਰ ਹੈ ਅਤੇ ਮੈਂ ਜਿੰਨੇ ਮੇਰੇ ਵੀਰ ਇਸ ਬਲੌਗ ਨੂੰ ਦੇਖ ਰਿਹਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਮਹਾਰਾਜ ਬਾਬਾ ਜੀ ਦਾ ਵੀ ਧੰਨਵਾਦ ਜਿਹੜਾ ਸਾਡਾ ਦੂਜੀ ਵਾਰ ਬਲੌਗ ਬਣਾਉਣ ਆਏ ਹੈ ਬਹੁਤ ਬਹੁਤ ਧੰਨਵਾਦ ਮੁੰਡਾ ਬਹੁਤ ਮਿਹਨਤੀ ਹੈ ਮਹਾਰਾਜ ਜ਼ਿੰਮੇਵਾਰ ਮੁੰਡਾ ਸਿਆਣਾ ਮੁੰਡਾ ਸਮਾਰਟ ਬੋਆਏ ਸਾਡਾ ਇਹ ਵਧੀਆ ਕੰਮ ਕਰਦਾ ਸਾਡਾ ਬਲੌਗ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਬੇਨਤੀ ਕਰਦਾ ਇੱਕ ਵਾਰ ਸੇਵਾ ਦਾ ਜ਼ਰੂਰ ਮੌਕਾ ਦਿਓ ਆਓ ਕੰਮ ਕਰਾਓ ਅਤੇ ਖੁਸ਼ ਹੋ ਕੇ ਜਾਓ ਧੰਨਵਾਦ ਥੈਂਕ ਯੂ ਵੈਰੀ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।